ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਇਹ ਆਪਣੀ ਵੀਡੀਓ ਦਾ ਵਿਸ਼ਾ ਹੈ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਟੀਵੀ ਤੇ ਪ੍ਰਸਾਰਣ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਟੀਵੀ ਤੇ ਪਹਿਲੀ ਵਾਰ ਨਵੰਬਰ 1998 ਵਿੱਚ ਕੀਰਤਨ ਸ਼ੁਰੂ ਹੋਇਆ ਟੀਵੀ ਤੇ ਆਉਣਾ ਫਿਰ ਕਿਵੇਂ ਬੰਦ ਹੋ ਗਿਆ ਕਿਵੇਂ ਫੇਰ ਦੁਬਾਰਾ ਚੱਲਿਆ ਚੈਨਲ ਤੇ ਫਿਰ ਕਿਵੇਂ ਪੀਟੀਸੀ ਚੈਨਲ ਤੇ ਹੁਣ ਜੋ ਆਪਾਂ ਦੇਖ ਰਹੇ ਹਾਂ ਇਹ ਟੀਵੀ ਤੇ ਹਰਿਮੰਦਰ ਸਾਹਿਬ 'ਚ ਹੁੰਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਆਪਾਂ ਘਰੇ ਬੈਠੇ ਆਨੰਦ ਮਾਣਦੇ ਹਾਂ ਦੋਸਤੋ ਇਸ ਵੀਡੀਓ ਨੂੰ ਖੀਰ ਤੱਕ ਦੇਖਣਾ ਤਾਂ ਜੋ ਤੁਹਾਨੂੰ ਇਹ ਸਾਰੇ ਹਿਸਟਰੀ ਦੀ ਜਾਣਕਾਰੀ ਮਿਲ ਸਕੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਆ ਕਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਰੇਡੀਓ ਪ੍ਰਸਾਰਣ ਕਿਵੇਂ ਸ਼ੁਰੂ ਹੋਇਆ ਉਹ ਵੀਡੀਓ ਤੁਸੀਂ ਆਈ ਦੇ ਬਟਨ ਤੇ ਜਾ ਕੇ ਜਾਂ ਸਾਡੇ ਚੈਨਲ ਵਿੱਚ ਜਾ ਕੇ ਦੇਖ ਸਕਦੇ ਹੋ ਆਓ ਚੱਲਦੇ ਹਾਂ ਅੱਜ ਦੇ ਵਿਸ਼ੇ ਵੱਲ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਟੀਵੀ ਤੇ ਸਿੱਧਾ ਪ੍ਰਸਾਰਣ ਦੋਸਤੋ ਇਸ ਵੀਡੀਓ ਨੂੰ ਕਿਰਪਾ ਕਰਕੇ ਖੀਰ ਤੱਕ ਦੇਖਣਾ ਤਾਂ ਜੋ ਤੁਹਾਨੂੰ ਇਹ ਸਾਰੀ ਇਸ ਚੀਜ਼ ਦੀ ਜਾਣਕਾਰੀ ਮਿਲ ਸਕੇ ਟੀਵੀ ਤਕਨੀਕ ਦੀ ਪ੍ਰਸਾਰ ਨੇ ਸਤਾਨਾਂ ਦੀ ਦੂਰੀ ਨੂੰ ਖਤਮ ਕਰ ਦਿੱਤਾ ਜਦ ਸੈਟੇਲਾਈਟ ਦੀ ਸੁਵਿਧਾ ਨੂੰ ਟੀਵੀ ਪ੍ਰਸਾਰਣਾ ਲਈ ਵਰਤਿਆ ਜਾਣ ਲੱਗਾ ਤਾਂ ਇਵੇਂ ਲੱਗਣ ਲੱਗ ਪਿਆ ਕਿ ਜਿਵੇਂ ਸਾਰੀ ਦੁਨੀਆ ਇੱਕ ਛੋਟਾ ਜਿਹਾ ਪਿੰਡ ਬਣ ਕੇ ਰਹਿ ਗਈ ਹੋਵੇ ਕਿਧਰੇ ਕੋਈ ਮੈਚ ਹੋਵੇ ਵਿਸ਼ਵ ਸਮਾਗਮ ਹੋਵੇ ਜਾਂ ਕੋਈ ਵੱਡੀ ਭੀੜ ਵਾਪਰੇ ਟੀਵੀ ਸਾਰੇ ਸੰਸਾਰ ਨੂੰ ਉਸ ਨਾਲ ਜੋੜ ਦਿੰਦਾ ਸਭ ਮਨੁੱਖਾਂ ਨੂੰ ਉਸ ਦਾ ਭਾਗੀਦਾਰ ਬਣਾ ਦਿੰਦਾ ਇਸ ਸੁਵਿਧਾ ਨੂੰ ਚੰਗੇ ਕੰਮਾਂ ਲਈ ਵਰਤਣ ਲਈ ਦੁਨੀਆ ਦੇ ਵਧੇਰੇ ਭਰਾਤਰੀ ਭਾਵ ਵਿਕਸਿਤ ਹੋ ਸਕਦਾ ਹੈ ਜੋ ਮਾਨਵ ਸਮਾਜ ਵਿੱਚ ਸਾਂਝਾ ਵੱਧ ਸਕਦੀਆਂ ਹਨ ਇਸ ਆਸ਼ੇ ਨੂੰ ਸਾਹਮਣੇ ਰੱਖਦਿਆਂ ਹੋਇਆ ਸਰਵ ਮਾਨਵਤਾ ਦੇ ਸਾਂਝੇ ਤੀਰਥ ਸ੍ਰੀ ਹਰਿਮੰਦਰ ਸਾਹਿਬ ਤੋਂ ਸਭ ਤੋਂ ਵੱਧ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਮਨੋਰਥ ਲਈ ਗੁਰਬਾਣੀ ਕੀਰਤਨ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ 4:30 ਤੋਂ ਲੈ ਕੇ 5:30 ਤੱਕ ਰੇਡੀਓ ਤੇ ਪ੍ਰਸਾਰਣ ਕਰਨ ਦੇ ਉਪਰਾਲੇ ਕੀਤੇ ਗਏ ਇਹਨਾਂ ਸਦਕਾ ਲੱਖਾਂ ਪ੍ਰੇਮੀ ਇਸ ਲਾਹੀ ਕੀਰਤਨ ਤੋਂ ਰੋਜ਼ਾਨਾ ਲਾਹਾ ਲੈਂਦੇ ਸਨ 1977 ਵਿੱਚ ਜਦ ਸ਼੍ਰੀ ਹਰਿਮੰਦਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਸਮਾਗਮ ਮਨਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਰੇਡੀਓ ਪ੍ਰਸਾਰਣ ਦਾ ਆਰੰਭ ਕਰਨ ਲਈ ਮਤਾ ਪਾਸ ਕੀਤਾ ਗਿਆ ਅਤੇ ਇਸ ਬਾਰੇ ਵਿਚਾਰਾਂ ਹੋਈਆਂ ਸਨ ਇਸ ਖੇਤਰ ਵਿੱਚ ਸੋਚਾਂ ਕੀਤੀ ਜਾਣ ਨਾਲ ਤਾਂ ਕਿ ਕੀਰਤਨ ਰੇਡੀਓ ਦੇ ਨਾਲ ਨਾਲ ਟੀਵੀ ਤੇ ਵੀ ਸੈਟੇਲਾਈਟ ਰਾਹੀਂ ਪ੍ਰਸਾਰਣ ਕੀਤਾ ਜਾਵੇ ਭਾਵੇਂ ਉਸ ਵੇਲੇ ਅਜਿਹੀ ਮੰਗ ਵਕਤ ਨਾਲੋਂ ਕੁਝ ਅਗੇਤੀ ਮੰਗ ਸੀ ਪਰ ਇਸ ਨੇ ਕੌਮ ਦਾ ਧਿਆਨ ਇਸ ਪਾਸੇ ਵੱਲ ਜ਼ਰੂਰ ਦਵਾਇਆ ਨਤੀਜਾ ਇਹ ਨਿਕਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ ਅਤੇ ਟੀਵੀ ਕੰਪਨੀਆਂ ਨੇ ਦਰਬਾਰ ਸਾਹਿਬ ਦੇ ਕਈ ਪ੍ਰੋਗਰਾਮਾਂ ਦੀਆਂ ਫਿਲਮਾਂ ਬਣਾ ਕੇ ਟੀਵੀ ਰਾਹੀਂ ਗਾਹੇ ਬਗਾਹੇ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਸਦਕਾ ਸਿੱਖ ਅਤੇ ਗੈਰ ਸਿੱਖ ਵਿੱਚ ਵੀ ਦਰਬਾਰ ਸਾਹਿਬ ਪ੍ਰਤੀ ਜਿਗਿਆਸਾ ਵਧੀ ਅਤੇ ਅਦਭੁਤ ਸਥਾਨ ਦੇ ਦਰਸ਼ਨਾਂ ਦੀ ਧਾਰਮਿਕ ਜਥੇ ਅਤੇ ਸ਼ੌਕੀਆ ਯਾਤਰੂਆਂ ਦੀ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਵਿਖੇ ਆਉਣ ਲੱਗ ਪਏ ਫਿਰ ਬਦਕਿਸਮਤੀ ਨਾਲ ਪੰਜਾਬ ਸੰਘਰਸ਼ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਅਤੇ 10 ਸਾਲ ਇੱਥੇ ਘਨੌਣੀਆਂ ਕਾਲੀਆਂ ਹਨੇਰੀਆਂ ਚੁਲਦੀਆਂ ਰਹੀਆਂ ਅਤਿਆਚਾਰ ਦਾ ਮੁੱਖ ਕੇਂਦਰ ਪਵਿੱਤਰ ਸਥਾਨ ਦਰਬਾਰ ਸਾਹਿਬ ਬਣਿਆ ਜਿਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਦ ਪੰਜਾਬ ਵਾਸੀ ਇਸ ਬਿਪਤਾ ਵਾਲੇ ਮੰਦ ਭਾਗੇ ਯੁੱਗ ਵਿੱਚੋਂ ਬਾਹਰ ਨਿਕਲੇ ਤਾਂ ਹਰ ਕਿਸੇ ਦਾ ਦਰਬਾਰ ਸਾਹਿਬ ਪ੍ਰਤੀ ਸਰਵਪੱਖੀ ਸਨੇਹ ਵਧਣ ਲੱਗਾ ਅੱਜ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਇਹ ਹਰਿਮੰਦਰ ਪਰਿਸਰ ਆਪਣੀ ਨਵੀਂ ਨਕੋਰ ਸੁਨਹਿਰੀ ਚਮਕ ਦਮਕ ਨਾਲ ਯਾਤਰੂਆਂ ਲਈ ਇੱਕ ਵਿਚਰਸ਼ਣ ਕੇਂਦਰ ਬਣਿਆ ਹੋਇਆ ਹਰ ਵਕਤ ਇਤਨੀ ਵੱਡੀ ਗਿਣਤੀ ਵਿੱਚ ਹਰ ਧਰਮ ਦੇ ਅਕੀਦੇ ਹਰ ਦੇਸ਼ ਦੇ ਕਿਤੇ ਦੇ ਯਾਤਰੂਆਂ ਦਾ ਇੱਥੇ ਤਾਂਟਾ ਲੱਗਿਆ ਰਹਿੰਦਾ ਵਿਸ਼ਵ ਭਰ ਦੀਆਂ ਸੰਗਤਾਂ ਦੇ ਦਰਬਾਰ ਸਾਹਿਬ ਪ੍ਰਤੀ ਵੱਧਦੇ ਮਾਣ ਨੂੰ ਵੇਖਦਿਆਂ ਹੋਇਆ ਇਹ ਜ਼ਰੂਰੀ ਬਣ ਗਿਆ ਕਿ ਟੀਵੀ ਮਾਧਿਅਮ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਸਾਰੀ ਮਾਨਵ ਜਾਤੀ ਨੂੰ ਕਰਵਾਏ ਜਾਣ ਉਸ ਵੇਲੇ ਆਪਣੇ ਆਪਣੇ ਵਸੇਵੇ ਲਈ ਥਾਂ ਤੇ ਹੀ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿਟੀ ਕੇਬਲ ਟੀਵੀ ਅੰਮ੍ਰਿਤਸਰ ਨੂੰ 1997 ਵਿੱਚ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ ਸਿੱਧੇ ਪ੍ਰਸਾਰਣ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਆਗਿਆ ਦੇ ਦਿੱਤੀ ਪਰ ਕੁਝ ਦਿਨਾਂ ਵਿੱਚ ਹੀ ਇਹ ਆਗਿਆ ਵਾਪਸ ਲੈ ਲਈ ਗਈ ਕਿਉਂਕਿ ਸੰਗਤਾਂ ਦਾ ਇਤਰਾਜ਼ ਸੀ ਕਿ ਕੈਮਰਾਮੈਨਾਂ ਦੀਆਂ ਬਹੁਤੀਆਂ ਸਰਗਰਮੀਆਂ ਚਕਾ ਚੌਂਦ ਰੋਸ਼ਨੀਆਂ ਜਗ੍ਹਾ ਤੇ ਪ੍ਰੋਗਰਾਮ ਤਿਆਰ ਕਰਨ ਦੇ ਅਮਲ ਨਾਲ ਸੰਗਤਾਂ ਨੂੰ ਕਾਗਰਤਾ ਪੱਗ ਹੁੰਦੀ ਹੈ ਕੋਈ ਅਜਿਹਾ ਨਹੀਂ ਸੀ ਕਿ ਚਾਹੁੰਦਾ ਕਿ ਹਰ ਕੋਈ ਘੱਟੋ ਘੱਟ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਲੌਕਿਕ ਨਜ਼ਾਰਿਆਂ ਦਾ ਆਨੰਦ ਜ਼ਰੂਰ ਮਾਨਣਾ ਚਾਹੁੰਦਾ ਸੀ ਇਸ ਲਈ ਪ੍ਰੋਗਰਾਮ ਟੈਲੀਕਾਸਟ ਕਰਨਾ ਬੰਦ ਕਰਨ ਨਾਲ ਉੱਘੇ ਗੁਰਮੁਖਾਂ ਦੀ ਇੱਕ ਕਮੇਟੀ ਸੁਪਰੀਮ
ਕੋਰਟ ਦੇ ਰਿਟਾਇਰ ਜੱਜ ਸ਼੍ਰੀ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਰ ਦਿੱਤੀ ਗਈ ਜੋ ਦਰਬਾਰ ਸਾਹਿਬ ਲਈ ਨਵੇਕਲਾ ਤੇ ਨਰੋਲ ਆਪਣਾ ਚੈਨਲ ਰੱਬ ਕਰਨ ਲਈ ਸਭ ਪੱਖਾਂ ਦਾ ਜਾਇਜ਼ਾ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰੇ ਤਾਂ ਕਿ ਉਹ ਉਸ ਅਨੁਸਾਰ ਕਾਰਵਾਈ ਕਰ ਸਕੇ। ਸ਼੍ਰੋਮਣੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਪੰਜਾਬੀ ਵਰਲਡ ਚੈਨਲ ਦਾ ਨਾਂ ਨਰੋਲ ਪੰਜਾਬੀ ਚੈਨਲਾਂ ਵਿੱਚ ਇੱਕ ਸਿੰਧੀ ਸ਼ਰਧਾਲੂ ਵੀਰ ਸ਼੍ਰੀ ਕਿਸ਼ੋਰ ਮੋਤੀਆਨ ਜੋ ਚੈਨਲ ਦਾ ਚੇਅਰਮੈਨ ਸੀ ਸਰਪ੍ਰਸਤੀ ਹੇਠ 1 ਨਵੰਬਰ 1998 ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਬਾਣੀ ਕੀਰਤਨ ਦਾ ਪ੍ਰੋਗਰਾਮ ਦੇਣ ਲੱਗ ਪਏ। ਇਸ ਰਿਕਾਰਡ ਕੀਤੇ ਅਤੇ ਸੰਗਤਾਂ ਨੂੰ ਦਿਖਾਏ ਜਾਣ ਵਾਲੇ ਪ੍ਰੋਗਰਾਮ ਨੂੰ ਹਰ ਵਰਗ ਦੀਆਂ ਸੰਗਤਾਂ ਨੇ ਬਹੁਤ ਪਸੰਦ ਕੀਤਾ। ਪ੍ਰੋਗਰਾਮ ਦੀ ਸਫਲ ਪੇਸ਼ਕਾਰੀ ਨੂੰ ਵੇਖਦਿਆਂ ਹੋਇਆ ਇਹ ਚੈਨਲ ਨੇ ਵਿਧੀ ਪੂਰਵਕ ਪ੍ਰਾਰੰਭ 12 ਨਵੰਬਰ 1998 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚੰਦ ਸਿੰਘ ਟੋੜਾ ਵੱਲੋਂ ਕੀਤਾ ਗਿਆ। ਚੈਨਲ ਦੇ ਚੇਅਰਮੈਨ ਨੇ ਵੀ ਇਸ ਮੌਕੇ ਇਹ ਦੱਸਦਿਆਂ ਖੁਸ਼ੀ ਪ੍ਰਗਟ ਆਈ ਕਿ 1999 ਵਿੱਚ ਪ੍ਰਾਰੰਭ ਕੀਤੇ ਇਸ ਗੁਰਬਾਣੀ ਕੀਰਤਨ ਪ੍ਰੋਗਰਾਮ ਨੂੰ ਹਰ ਥਾਂ ਲਾਈਵ ਹੀ ਪਹੁੰਚਾਇਆ ਜਾਵੇਗਾ। ਇਹ ਪ੍ਰੋਗਰਾਮ ਜੋ ਥੋੜੇ ਸਮੇਂ ਲਈ ਬਹੁਤ ਲੋਕਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਗਿਆ ਕਈ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ। ਦੋਸਤੋ ਫਿਰ ਦੁਬਾਰਾ 30/11/2001 ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਦਿਨ ਤੇ ETC ਚੈਨਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਆਰੰਭ ਕੀਤਾ ਗਿਆ ਜਿਸ ਪਿੱਛੇ ਅਜਿਹੇ ਆਪਣੇ ਕਈ ਪ੍ਰਸਾਰਣ ਹੱਕ PTC ਨੇ ਦਿੱਤੇ ਗਏ। ਹੁਣ ਇਹ PTC ਚੈਨਲ ਤੇ ਅੰਮ੍ਰਿਤ ਵੇਲੇ 4:30 ਵਜੇ ਤੋਂ ਲੈ ਕੇ 8:30 ਵਜੇ ਤੱਕ ਅਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8:15 ਵਜੇ ਤੱਕ TV ਤੇ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਣ ਦਿਖਾਉਂਦਾ ਹੈ। ਸ਼ਾਮ ਅਤੇ ਸਵੇਰ ਦਾ ਸਮਾਂ ਮੌਸਮ ਅਨੁਸਾਰ ਬਦਲ ਦਿੱਤਾ ਜਾਂਦਾ ਹੈ। ਦੋਸਤੋ ਇਹ ਸੀ ਕਿ ਅੱਜ ਜੋ ਆਪਾਂ ਟੈਲੀਵਿਜ਼ਨ ਤੇ ਸ਼੍ਰੀ ਹਰਿਮੰਦਰ ਸਾਹਿਬ ਦਾ ਸਿੱਧਾ ਲਾਈਵ ਦੇਖਦੇ ਹਾਂ ਉਸ ਸੰਬੰਧੀ ਵੀਡੀਓ ਪਸੰਦ ਆਈ ਹੋਵੇ। ਦੋਸਤੋ ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਸਿੱਖ ਸਰਦਾਰਾਂ ਦੀਆਂ ਸਿੱਖ ਜਰਨੈਲਾਂ ਦੀਆਂ ਸਾਡੇ ਚੈਨਲ ਤੇ 100 ਤੋਂ ਵੱਧ ਵੀਡੀਓ ਹਨ, ਸਾਡੇ ਚੈਨਲ ਤੇ ਵਿਜ਼ਿਟ ਕਰਕੇ ਵੇਖ ਸਕਦੇ ਹੋ। ਇਹ ਦੋਸਤੋ ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੀਦਾ ਹੈ ਜੋ ਆਪਾਂ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਸੀ ਪਰ ਸਰਕਾਰਾਂ ਦੀਆਂ ਅਣਗਹਿਲੀਆਂ ਕੁਛ ਏਜੰਸੀਆਂ ਦੀਆਂ ਕਾਰਨਾਂ ਅਣਗਹਿਲੀਆਂ ਕਰਕੇ ਇਸ ਇਤਿਹਾਸ ਤੋਂ ਆਪਾਂ ਨੂੰ ਵਾਂਝੇ ਰੱਖਿਆ ਗਿਆ। ਕੋਸ਼ਿਸ਼ ਕਰੀਦੀ ਹੈ ਕਿ ਆਮ ਇਤਿਹਾਸ ਬਾਰੇ ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਹੁੰਦਾ, ਕੁਛ ਜੋ ਇਤਿਹਾਸ ਇਹ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਇਸ ਬਾਰੇ ਵੀ ਕੁਛ ਸੰਗਤਾਂ ਨੂੰ ਵਿੱਚੋਂ ਪਤਾ ਹੋਵੇ ਪਰ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੈ। ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਇੱਕ ਕਮੈਂਟ ਤੁਹਾਡਾ ਇੱਕ ਇੱਕ ਲਾਈਕ ਕੀਤਾ ਹੋਇਆ ਸਾਨੂੰ ਹੋਰ ਵੀਡੀਓ ਬਣਾਉਣ ਲਈ ਮੋਟੀਵੇਟ ਕਰਦਾ ਹੈ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।